ਡਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੂੰ ਇੱਕ ਸਾਲ ਮੁਕੰਮਲ ਹੋ ਗਿਆ ਹੈ ਉਥੋਂ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਦਾਵਾ ਹੈ ਕਿ ਬੇਚੱਕ ਸਾਡੇ ਕੋਲ ਸੀਮਿਤ ਸਾਧਨਾਂ ਤੇ ਸੀਮਿਤ ਪਰਵੰਦਾ ਦੇ ਬਾਵਜੂਦ ਅਸੀਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਆ ਉਹਨਾਂ ਚੋਂ ਕਾਫੀ ਵਾਅਦੇ ਪੂਰੇ ਕਰ ਲਿਆ ਤੇ ਹੁਣ ਉਹਨਾਂ ਦੀ ਨਜ਼ਰਾਂ ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਇਲੈਕਸ਼ਨ ਦੇ ਵੱਲ ਲੱਗੀਆਂ ਹੋਈਆਂ ਇਹ ਵੀ ਸਹੀ ਹੈ ਕਿ ਅਗਲੇ ਕੁਝ ਦਿਨਾਂ ਨੂੰ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆ ਰਿਹਾ ਦੂਜੇ ਪਾਸੇ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਦਿੱਲੀ ਦੀ ਜਿਹੜੀ ਸਰਕਾਰ ਹੈ ਕੋਈ ਖਾਸ ਕਾਰਗੁਜ਼ਾਰੀ ਦਿਖਾ ਨਹੀਂ ਸਕੀ ਪੰਜਾਬ ਦੇ ਅੰਦਰ ਸੰਤ ਪਿੰਡਾਂ ਵਾਲਾਂ ਦਾ ਪੋਸਟਰ ਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਇਸ ਵੇਲੇ ਬਵਾਦਾਂ ਦੇ ਘੇਰੇ ਚ ਵੀ ਕਈ ਵਾਰੀ ਖੀ ਨਜ਼ਰ ਆਉਂਦੀ ਹੈ ਖਰੂਰ ਵਿਧਾਨ ਸਭਾ ਦੀ ਉਪ ਚੋਣ ਜਿਹੜੀ ਮਾੜੀ ਕਾਰਗੁਜ਼ਾਰੀ ਰਹੀ ਹੈ ਘਾਟ ਵੋਟਾਂ ਪਈਆਂ ਉਹਦੇ ਤੇ ਦੋਨੇ ਪਾਰਟੀਆਂ ਕਿਵੇਂ ਸੋਚਦੀਆਂ ਇਹਨਾਂ ਮੁੱਦਿਆਂ ਤੇ ਤੇ ਹੋਰ ਜਿਹੜੇ ਬਹੁਤ ਸਾਰੇ ਮਾਮਲੇ ਇਹਨਾਂ ਨੂੰ ਲੈ ਕੇ ਸਾਡੇ ਨਾਲ ਚਰਚਾ ਜਿਹੜੇ ਵਿਸ਼ੇਸ਼ ਮਹਿਮਾਨ ਇਸ ਵੇਲੇ ਸ਼ਾਮਲ ਨੇ ਰਾਣਾ ਕੇਪੀ ਸਿੰਘ ਜੀ ਸਾਬਕਾ ਮੰਤਰੀ ਕਾਂਗਸ ਪਾਰਟੀ ਦੇ ਸੀਨੀਅਰ ਨੇਤਾ ਕਨ ਅਸੀਟਿਸ ਕੰਬੋਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਕੂ ਇੰਦਰਪੀਰ ਸਿੰਘ ਜੀ ਸਾਡੇ ਚੰਡੀਗੜ੍ਹ ਦੇ ਸੀਨੀਅਰ ਜਰਨਲਿਸਟ ਮੈਂ ਤੇ ਨੇ ਮਹਿਮਾਨਾਂ ਨੂੰ ਜੀ ਆਖਦਾ ਕੰਬੋਜੀ ਜੇ ਆਪਾਂ ਅੱਜ ਗੱਲਬਾਤ ਦਾ سلسلہ ਤੁਹਾਡੇ ਤੋਂ ਸ਼ੁਰੂ ਕਰਨ ਲੱਗੇ ਆ ਕਿਹਾ ਜਾ ਰਿਹਾ ਹੈ ਕਿ ਜਿਹੜੀ ਦਿੱਲੀ ਚ ਇੱਕ ਸਾਰਾ ਪੂਰੇ ਹੋ ਚੁੱਕੇ ਹੈ केजरीवाल ਸਰਕਾਰ ਨੂੰ ਉਹਦੀ ਕਾਰਗੁਜ਼ਾਰੀ ਬਾਰੇ ਕੁਝ ਦਾਅਵੇ ਵੀ ਕੀਤੇ ਜਾ ਰਹੇ ਕਿ ਚੰਗੇ ਕੰਮ ਕੀਤੇ ਗਾਏ ਹੈ ਤੁਸੀਂ ਉਸ ਨਜ਼ਰੀਏ ਤੋਂ ਕੀ ਕਮੈਂਟ ਕਰਨਾ ਚਾਹੋਗੇ ਦੇਖੋ ਇਹ ਤਾਂ ਸਭ ਜ਼ਾਹਰ ਹੈ ਔਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਹੈ ਬੜੇ ਸੱਚੇ ਸੁੱਚੇ ਬੰਦੇ ਨੇ ਕਿ 70 ਅਸੀਂ ਵਾਅਦੇ ਕੀਤੇ ਨੇ 5 ਸਾਲਾਂ ਦੇ ਵਾਸਤੇ ਔਰ ਉਹਦੇ ਵਿੱਚੋਂ ਵੀ ਅਸੀਂ ਪੂਰੇ ਕਰ ਚੁੱਕੇ ਹਾਂ ਔਰ ਪੂਰੇ ਕਰਾਂਗੇ ਔਰ ਤੁਸੀਂ ਦੇਖੋ ਕਿ ਵੀ 1 ਫਰਵਰੀ ਤੋਂ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲਾਂ 'ਚ ਮੁਫਤ ਕਰ ਦਿੱਤੀਆਂ ਗਈਆਂ ਨੇ ਜਿਹੜਾ ਕਿ ਬੜੀ ਵੱਡੀ ਗੱਲ ਹੈ ਗਰੀਬਾਂ ਵਾਸਤੇ ਔਰ ਕਈ ਨਵੇਂ ਪੋਲੀਟੈਕਨਿਕਲ ਰਹੇ ਨੇ ਔਰ 1000 ਜਿਹੜਾ ਮਲਕ ਕਲੀਨਿਕਾ ਨੇ ਉਹਦੇ ਲਈ 207 ਕਰੋੜ ਰੁਪਏ ਰੱਖ ਕੇ ਉਹ ਅਲੱਗ ਬਣਾਇਆ ਜਾ ਰਿਹਾ ਹੈ ਉਹਦੇ ਵਿੱਚ ਡਾਇਗਨੋਸਟਿਕ ਸੈਂਟਰ ਵੀ ਹੈ ਫਾਰਮੇਸੀ ਵੀ ਹੈ ਔਰ ਡਾਕਟਰ ਵੀ ਬੈਠਦਾ ਹੈ ਤੁਸੀਂ ਦੇਖੋ ਕਿ ਗਰੀਬ ਆਦਮੀ ਵਾਸਤੇ ਇੱਕ ਕਿੰਨੀ ਵੱਡੀ ਗੱਲ ਹੈ ਕਿ ਜਿੰਨੂੰ ਹਸਪਤਾਲਾਂ ਜਾ ਕੇ ਉਹਨੂੰ ਪੂਰੀ ਦਿਹਾੜੀ ਜਿਹੜੀ ਹੈ ਉਹਦੀ ਖਰਾਬ ਹੁੰਦੀ ਹੈ ਉਹ ਉੱਥੇ ਹੀ ਉੱਥੇ ਡਾਕਟਰ ਬੈਠਾ ਹੈ ਉੱਥੇ ਹੀ ਜਿਹੜਾ ਹੈਗਾ ਉਹ ਡਾਇਗਨੋਸਟਿਕ ਸੈਂਟਰ ਵਾਲਾ ਬੰਦਾ ਬੈਠਾ ਹੈ ਉੱਥੇ ਹੀ ਫਾਰਮੇਸੀ ਬੈਠਾ ਹੈ ਉੱਥੇ ਹੀ ਮੋਹ ਦਵਾਈ ਮਿਲ ਰਹੀ ਹੈ that is a big achievement ਇਸ ਤੋਂ ਇਲਾਵਾ ਜਿਹੜਾ ਹੈ ਉਹ ਪਾਣੀ ਦੇ ਬਿੱਲ ਜਿਹੜੇ ਮਾਫ ਹੋਏ ਨੇ ਉਹ ਵੀ ਤੁਹਾਨੂੰ ਪਤਾ ਹੈ ਬਿਜਲੀ ਦਾ ਰੇਟ ਅੱਧਾ ਕਰ ਦਿੱਤਾ ਉਹ ਵੀ ਤੁਹਾਨੂੰ ਪਤਾ ਹੈ ਹੈਲਥ অর এডਿਕੇਸ਼ਨ ਵਾਸਤੇ ਕਈ ਗੁਣਾ ਦੁਗਣਾ ਜਿਹੜਾ ਹੈਗਾ ਉਹ ਬਜਟ ਰੱਖਿਆ ਹੈਗਾ ਜੀ ਐਂਡ ਇਹ ਵੀ ਗੱਲ ਜ਼ਰੂਰ ਹੈ ਕਿ ਜਦੋਂ ਕਰਪਸ਼ਨ ਦੇ ਉੱਤੇ तकरीबन ਪੂਰੀ ਨਾਤ ਪੈ ਗਈ ਸੀ ਲੇਕਿਨ ਫੇਰ ਅਜ ਤੱਕ ਕਦੇ ਹਿੰਦੁਸਤਾਨ ਚ ਨਹੀਂ ਹੋਇਆ ਤੇ ਸ਼ਾਇਦ ਕਿਤੇ ਵੀ ਨਾ ਹੋਇਆ ਹੋਵੇ ਕਿ ਤੁਸੀਂ ਫੌਜ ਬੁਲਾ ਕੇ ਜਿਹੜੀ ਹੈ ਉਹ ਸਾਡੀ ਐਂਟੀ ਕ腐ਪਸ਼ਨ ਮੈਗਮਾ ਸੀ ਉਹਦੇ ਉੱਤੇ ਰੇਡ ਕਰ ਦਿੱਤਾ ਜੀ ਜੀ ਔਰ ਉਹਨੂੰ ਆਪਣੇ ਕਾਬੂ ਚ ਕਰ ਲਿਆ ਔਰ ਕੇਜਰੀਵਾਲ ਸਾਹਿਬ ਔਰ ਸਾਰੇ ਜਿਹੜੇ ਲੋਕ ਨੇ ਜਿਹੜੇ ਵੀ ਦਿੱਲੀ ਦੇ ਲੋਕ ਨੇ ਉਹ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਔਰ ਬੇਸ਼ੱਕ ਜਿਹੜੇ ਸਰਵੇ ਹੋਏ ਨੇ ਔਰ ਸਰਵੇ ਤਾਂ ਪਹਿਲਾਂ ਵੀ ਬੀਜਪੀ ਦੇ ਹੱਕ ਵਿੱਚ ਜਾ ਰਹੇ ਸੀ ਕਾਂਗਰਸ ਦੇ ਹੱਕ ਜਾ ਰਹੇ ਸੀ ਲੇਕਿਨ ਹੋਇਆ ਕਿ ਦਿੱਲੀ ਦੇ ਵਿੱਚ ਪਰ ਉਹ ਸਰਵੇ ਨੇ ਵੀ 48% ਕਹਿਆ ਹੈ ਕਿ ਚੰਗੀ ਕਾਰਗੁਜ਼ਾਰੀ ਹੈ 36% ਬਹੁਤ ਵਧੀਆ 36% ਨੇ ਕਿਹਾ ਚੰਗੀ ਹੈ ਬਾਕੀ ਦੀਨ ਨੂੰ ਇਹ ਲੱਗਦਾ ਕਿ ਤੁਹਾਡੇ ਮੁਤਾਬਿਕ ਜਿਹੜੀ ਹੈਗੀ ਐ ਅੱਛੀ ਕਾਰਗੁਜ਼ਾਰੀ ਜਿਹੜੀ ਹੈ ਕੇਜਰੀਵਾਲ ਸਰਕਾਰ ਦੀ ਸਾਡੇ ਕੋਲੇ ਕਾਂਗਰਸ ਦੇ ਜਿਹੜੇ ਗਏ ਸੀਨੀਅਰ ਨੇਤਾ ਰਾਣਾ ਕਿ ਵੀ ਜੀ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ ਜਿਹੜੀ ਦਿੱਲੀ ਦੀ ਕਾਰਗੁਜ਼ਾਰੀ ਹੈ ਦੇਖੋ ਸਾਡਾ ਇਹ ਕਿਹੜਾ ਹੈ ਕਿ ਸੀੜੀ ਸਾਹਿਬ ਨੇ ਜੋ ਕੁਝ ਵੀ ਕਿਹਾ ਇਹ ਤੱਥਾਂ ਤੋਂ ਪਰੇ ਹੈ ਜੀ ਅੱਜ ਹਕੀਕਤ ਇਹ ਹੈ ਕਿ ਦਿੱਲੀ ਜਿਹੜਾ ਹੈ ਰਾਜਨੀਤਿਕ ਟਕਰਾਅ ਦਾ ਇੱਕ ਅੱਡਾ ਬਣ ਗਿਆ ਕਿਉਂਕਿ ਪਿਛਲੇ 1 ਸਾਲ ਵਿੱਚ ਜੇ ਦੇਖਿਆ ਜਾਵੇ ਤਾਂ ਕੇਜਰੀਵਾਲ ਸਾਹਿਬ ਦੇ ਗਵਰਨੈਂਸ ਵੱਲ ਘੱਟ ਧਿਆਨ ਦਿੱਤਾ ਔਰ ਮੈਂ ਮੈਨੂੰ ਮਾਫ ਕਰਨਗੇ ਮੇਰੇ ਵੱਡੇ ਭਰਾ ਵੀ ਨੇ ਸ਼ਾਇਦ ਇਹਨਾਂ ਨੂੰ ਚੰਗਾ ਨਾ ਲੱਗੇ ਪਰ ਮੈਂ ਮਜਬੂਰ ਐ ਗੱਲ ਕਹਿਣ ਵਾਸਤੇ ਕਿ ਜਿਹੜਾ 1 ਸਾਲ ਰਿਹਾ ਉਹ ਨਾਟੰਕੀ ਦਾ ਰਿਹਾ ਉਹਨਾਂ ਨੇ ਸ਼ੁਰੂਤ ਹਾਸਲ ਕਰਨ ਵਾਸਤੇ ਜਿੰਨਾ ਪੈਸਾ ਉਹਨਾਂ ਨੇ ਇਸ਼ਤਿਹਾਰ ਵਾਜੀ ਵਿੱਚ ਲਾਇਆ ਜੇ ਉਹ ਪੈਸਾ ਵੀ ਦਿੱਲੀ ਦੇ ਲੋਕਾਂ ਵਾਸਤੇ ਲੱਗ ਜਾਂਦਾ ਤਾਂ ਪੋਜੀਸ਼ਨ ਕੁਝ ਹੋਰ ਹੁੰਦੀ ਓਕੇ ਅੱਜ ਦਿੱਲੀ ਕੂੜੇ ਕਰਕਟ ਦੇ ਨਰਕ ਦਾ ਇੱਕ ਅਡਾ ਬਣਿਆ ਇਹ ਹਿੰਦੁਸਤਾਨ ਦੀ ਰਾਜਨੀਤ ਰਾਜਤਾ ਨਹੀਂ ਹੈ ਜੀ ਜੀ ਆ ਇਹਨਾਂ ਨੇ ਜ਼ਿਕਰ ਕੀਤਾ ਪਾਣੀ ਦਾ ਪਾਣੀ ਦੇ ਬਿੱਲ ਜ਼ਰੂਰ ਘਟਾਏ ਨੇ ਮੈਂ ਇਹਨਾਂ ਨਾਲ ਸਹਿਮਤ ਹਾਂ ਲੇਕਿਨ ਨਾ ਮੈਂ ਉੱਥੇ ਹੀ ਆ ਰਿਹਾ ਪਹਿਲੀ ਗੱਲ ਤੇ ਮੈਂ ਕਹਿ ਰਿਹਾ ਕਿ ਪਾਣੀ ਦੇ ਬਿੱਲ ਜ਼ਰੂਰ ਘਟਾਉਤੇ ਲੇਕਿਨ ਦਿੱਲੀ ਦੇ ਲੋਕਾਂ ਨੂੰ ਲੋੜ ਮੁਤਾਬਕ ਪਾਣੀ ਨਹੀਂ ਮਿਲ ਰਿਹਾ ਬਹੁਤ ਸਾਰੇ ਹਿੱਸੇ ਐ ਜਿੱਥੇ ਇਹਨਾਂ ਨੇ ਕੁਝ ਲੋਕਾਂ ਨੂੰ ਖੁਸ਼ ਕਰਨ ਵਾਸਤੇ ਪਾਈਪਾਂ ਕੱਟ ਕੇ ਉਹਨਾਂ ਦਾ ਮੂੰਹ ਉਸ ਪਾਸੇ ਨੂੰ ਮੋੜਤਾ ਲੇਕਿਨ ਦਿੱਲੀ ਦੇ ਬਹੁਤ ਸਾਰੇ ਏਰੀਆ ਜਿਹੜੇ ਅੱਜ ਪਾਣੀ ਨੂੰ ਤਰਸ ਰਹੇ ਆ ਤਰਾ ਤਰਾ ਪਾਣੀ ਵਾਸਤੇ ਹੋ ਰਿਹਾ ਪੁਰਾਣੇ ਜੀ ਇਹਨਾਂ ਨੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਨਾਂ ਦੇ ਕਹਿਣੇ ਕਿ ਜਦੋਂ ਤੁਹਾਡੀ ਸਰਕਾਰ ਸੀ ਉਹਦੇ ਮੁਕਾਬਲੇ ਲੈਟ ਮੀ ਲੈਟ ਮੀ ਕੰਪਲੀਟ ਲੈਟ ਮੀ ਲੈਟ ਮੀ ਲੈਟ ਮੀ ਗੁਡ ਦੂਜੀ ਗੱਲ ਇਹਨਾਂ ਨੇ ਕਹੀ ਐ ਕਿ ਬਿਜਲੀ ਦੇ ਬਿੱਲ ਇਹ ਬਿਲਕੁਲ ਤੱਥਾਂ ਤੋਂ ਉਲਟ ਹੈ ਬਿਜਲੀ ਦੀ ਜਿਹੜਾ ਰੇਟ ਹੈ ਇਹਨਾਂ ਨੇ ਵਧਾਇਆ ਹੈ ਔਰ ਇਹ ਹਮੇਸ਼ਾ ਗੱਲ ਕਰਦੇ ਸੀ ਕਿ ਅਸੀਂ ਲੋਕਾਂ ਦੀ ਸਹਿਮਤੀ ਨਾਲ ਗੱਲ ਕਰਾਂਗੇ ਲੇਕਿਨ ਇਹਨਾਂ ਨੇ ਬਿਜਲੀ ਦੇ ਜਦੋਂ ਕੀਮਤਾਂ ਵਧਾਈਆਂ ਐ ਇੰਨੀ ਕੀਮਤ ਵਧੀ ਐ ਦਿੱਲੀ ਦੇ ਵਿੱਚ ਬਿਜਲੀ ਦੀ ਕਿ ਲੋਕੀ ਅੱਜ ਉੱਥੇ ਤਰਾ-ਤਰਾ ਕਰਦੇ ਨੇ ਇਹ ਬਿਲਕੁਲ ਬੇਬੁਨਿਆਦ ਗੱਲ ਹੈ ਜੋ ਕੁਸ਼ੀ ਨੇ ਕਹੀ ਐ ਔਰ ਮੈਂ ਇਹ ਕਹਿਣਾ ਚਾਹਨਾ ਹੈ ਕਿ ਸ਼ੋਸ਼ੇਬਾਜ਼ੀ ਕੁਝ ਹੋਰ ਚੀਜ਼ ਹੈ ਲੋਗਾ ਨੂੰ ਪ੍ਰਮਾਣ ਵਾਸਤੇ ਗੱਲ ਕੁਝ ਹੋਰ ਹੈ ਔਰ ਜਿੱਥੋਂ ਤੱਕ ਤੁਸੀਂ ਸਾਡੀ ਸਰਕਾਰ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸੱਚ ਨਹੀਂ ਕਿ ਦਿੱਲੀ ਦੇ ਸਾਰੇ ਓਵਰ ਬ੍ਰਿਜ ਬੀਬੀ ਸ਼ੀਲਾ ਦਿਖਸ਼ਿਤ ਉਹਨਾਂ ਨੇ ਆਪਣੇ ਸਮੇਂ 'ਚ ਬਣਾਏ ਕਿ ਇਹ ਸੱਚ ਨਹੀਂ ਕਿ ਜੇ ਉਹ ਸਾਰਾ ਕੰਮ ਦਿੱਲੀ ਦੇ ਵਿੱਚ ਨਾ ਹੁੰਦਾ ਜੇ ਦਿੱਲੀ ਚੋਕ ਹੋ ਜਾਂਦੀ ਇਹ ਸੱਚ ਨਹੀਂ ਕਿ ਅੱਜ ਦੀ ਜਿਹੜੀ ਸਾਫ਼ ਤੇ ਸੁੰਦਰ ਦਿੱਲੀ ਹੈ ਇਹ ਕਾਂਗਰਸ ਦੇ ਰਾਜ ਦੇ ਵਿੱਚ 15 ਸਾਲ ਦੇ ਵਿੱਚ ਬੀਬੀ ਸ਼ੀਲਾ ਦਿਖਸ਼ਿਤ ਉਹਨਾਂ ਨੇ ਕੀਤਾ ਇਹ ਪ੍ਰੈਕਟੀਕਲੀ ਕੁਝ ਵੀ ਨਹੀਂ ਦੱਸ ਸਕਦੇ ਓਕੇ ਓਕੇ ਰਾਣੇ ਦੋਮਾ ਦੇ ਕਿ ਜੀ ਸਵਾਪਨ ਤੋਂ ओके ओके ਤੁਹਾਡੀ ਗੱਲ ਆ ਕਿ ਜੇ ਤੁਹਾਨੂੰ ਲੱਗੇ ਕਿ ਕਾਂਗਰਸ ਦੇ ਸਮੇਂ ਜੇ ਤੁਸੀਂ ਸਮਝੋ ਚੰਗੇ ਕੰਮ ਹੋਏ ਐ ਮੈਂ ਤੁਹਾਡੇ ਵੱਲ ਜਿਹੜੇ ਕੰਬੋਜੀ ਆਉਣਾ ਇਸ ਤੋਂ ਪਹਿਲਾਂ ਮੈਂ ਜਰਨਲਿਸਟ ਦੇ ਥੋੜੇ ਕਮੈਂਟ ਲੈਣਾ ਚਾਹੁੰਦਾ ਇਸ ਮੁੱਦੇ ਤੇ ਇੰਦੂਜੀ ਤੁਸੀਂ ਕੀ ਕਹਿਣਾ ਚਾਹੋਗੇ ਦੋਨਾਂ ਤਰ੍ਹਾਂ ਦੀ ਜੜੀ ਰਹੀ ਹੈ ਨਹੀਂ ਦੇਖੋ ਇਹ ਤਾਂ ਆਪਾਂ ਨਹੀਂ ਕਹ ਸਕਦੇ ਵੀ ਕੰਮ ਹੋਏ ਨਹੀਂ ਹੋਏ ਹੈ ਸਟਾਰਟ ਹੋਏ ਮਤਲਬ ਲੇਕਿਨ ਹਜੇ ਹੋਣਾ ਬਹੁਤ ਹੈ ਜਿੰਨਾ ਕਿਉਂਕਿ ਦੇਖੋ ਜਿਹੜੀ 67 ਸੀਟਾਂ ਲੋਕਾਂ ਨੇ ਦਿੱਲੀ ਦੇ ਨੇ ਦਿੱਤੀ ਹੈ ਨਾ ਇਹਦਾ ਮਤਲਬ ਹੈ ਲੋਕਾਂ ਦਾ ਦੀ ਅਪੇਕਸ਼ਾ ਦਾ ਲੈਵਲ ਵੀ ਇੱਥੇ ਹੈ ਤੋ ਉਹ ਚਾਹੁੰਦੇ ਆ ਵੀ ਕੰਮ ਵੀ ਇੱਥੇ ਹੀ ਹੋਣ ਇੰਨੇ ਜੀ ਤੇ ਹਜੇ ਤੱਕ ਤਾਂ ਅਪਾ ਉੱਥੇ ਨਹੀਂ ਪਹੁੰਚ ਪਾਏ ਪਰ ਠੀਕ ਹੈ ਇਹ ਹਜੇ ਇੱਕ ਸਾਲ ਹੀ ਹੋਇਆ ਇੱਕ ਸਾਲ ਤਾਂ ਸਮਝਣ ਜੀ ਲੱਗ ਜਾਂਦਾ ਕਿ ਮੈਂ ਕਰਨਾ ਕੀ ਹੈ ਉਸ ਦਿਸ਼ਾ ਵੱਲ ਉਹ ਕੇਜਰੀਵਾਲ ਸਾਹਿਬ ਚੱਲ ਰਿਹਾ ਹੈ ਮੈਨੂੰ ਲੱਗਦਾ ਕਿ ਹਜੇ ਇੱਕ ਸਾਲ ਚ ਇੰਨੀ ਜਲਦੀ ਆਕਲਨ ਕਰਨਾ ਵੀ ਠੀਕ ਨਹੀਂ ਹੈ ਜੀ ਜੀ ਕਿ ਅਪਾ ਉਹਨਾਂ ਨੂੰ ਜਾਂ ਤਾਂ ਫੇਲ ਸਾਬਿਤ ਕਰ ਰਹੇ ਦੀਏ ਜਾਂ ਪਾਸ ਸਾਬਿਤ ਕਰ ਦਈਏ ਇਹ ਦੋਨੋਂ ਚ ਨਹੀਂ ਹਜੇ ਉਸ ਕੰਡੀਸ਼ਨ ਚ ਮੈਂ ਕੱਲ ਹੀ ਯੋਗਿੰਦਰ ਯਾਦਵ ਜੀ ਦੀ ਵੀ ਇੰਟਰਵਿਊ ਉਹਦੀ ਆਈਸੀਮਪਾ ਰਾਜ ਬਿਆਨ ਦੀ ਹਾਂ ਤੇ ਉਹ ਵੀ ਕੋਈ ਬਹੁਤਾ ਇਸ਼ੂਸ ਤੇ ਉਹਨਾਂ ਨੂੰ ਕ੍ਰਿਟੀਸਾਈਜ਼ ਨਹੀਂ ਕਰ पाए ਪਰ ਉਹਨਾਂ ਨੇ ਇਹ ਜਿਹੜਾ ਜੋ ਕਿਹਾ ਹੈ ਨਾ ਲਾਸਟ ਦੇ ਵਿੱਚ ਕਿ ਉਹਨਾਂ ਨੂੰ ਆਪਣੇ ਜਿਹੜੀ ਕਿਤਾਬ ਹੈ ਸਵਰਾਜ ਉਹ ਦੁਬਾਰਾ ਪੜ੍ਹ ਲੈਣੀ ਚਾਹੀਦੀ ਹੈ ਇਹਦਾ ਮਤਲਬ ਕਿ ਜਿਹੜਾ ਥਿੰਕਿੰਗ ਲੈਵਲ ਤੇ ਜੋ ਕੋਈ ਪ੍ਰੋਸੈਸਿੰਗ ਚ ਚੇਂਜ ਕੀਤਾ ਉਹਨਾਂ ਨੇ ਨਾ ਆਪਣਾ ਉਹ ਤੋਂ ਕਾਫੀ हट ਗਿਆ ਬਾਕੀ ਕੰਮ ਤਾਂ ਸਟਾਰਟ ਕੀਤਾ ਹੀ ਹੈ ਮਤਲਬ ਇਵਨ ਆਡ ਨੰਬਰ ਲ ਕਰਕੇ ਉਹਨਾਂ ਨੇ ਟੂਸ਼ ਕੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਮੈਂ ਇਹਦੇ ਵੀ ਜੀ ਆਪਾਂ ਇਸ ਮੁੱਦੇ ਤੇ ਵੀ ਇਸ ਤਰ੍ਹਾਂ ਦੇ ਇਸ਼ੂਸ ਤਾਂ ਹੈ ਹੀ ਨੇ ਜਿਹੜਾ ਉਹਨਾਂ ਨੇ ਇਸ ਮਤਲਬ ਜਿਹੜੇ ਟੇਕ ਅਪ ਕੀਤੇ ਹੈ ਔਰ ਉਸ ਦਿਸ਼ਾ ਵੱਲ ਵੱਧ ਰਹੇ ਹੈ ਪਰ ਮੈਨੂੰ ਲੱਗਦਾ ਕਿ ਇਹ ਕਿਉਂਕਿ ਇਸ਼ੂਸ ਬਹੁਤ ਜ਼ਿਆਦਾ ਨੇ ਇਸ ਕਰਕੇ ਥੋੜਾ ਜਿਹਾ ਸਾਨੂੰ ਹਜੇ ਟਾਈਮ ਦੇਣਾ ਚਾਹੀਦਾ ਵਾਦੇ ਵੀ ਬੜੇ ਵੱਡੇ ਕੀਤੇ ਗਏ ਜਿਹੜੇ ਹੈ ਕਨਸਿਲੀ ਕੰਬ ਉਹ ਜਿੱਦਾਂ ਰਾਣਾ ਹੀ ਦਾ ਕਹਣਾ ਹੈ ਕਿ ਉੱਥੇ ਖਾਸ ਤੌਰ ਤੇ ਜਿਹੜਾ ਪਿਛਲਾ 1 ਸਾਲ ਲੰਘਿਆ ਟਕਰਾਅ ਦਾ ਲੰਘਿਆ ਹੈ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਗਏ ਸੀ ਜਿੱਦਾਂ ਇਹਨਾਂ ਨੇ ਕਿਹਾ ਵੀ ਐਡਾ ਹੋ ਰਹਾ ਹੈ ਨਟੰਕੀਵਾਜੀ ਜ਼ਿਆਦਾ ਕੀਤੀ ਹੈ ਬਜਾਏ ਪਰਫਾਰਮੈਂਸ ਤੇ ਆ ਜੋ ਕੇਪੀ ਸਾਹਿਬ ਨੇ ਦੋ ਗੱਲਾਂ ਕੀਤੀਆਂ ਨੇ ਹਮ ਹਮ ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਬਿਜਲੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਮਾਫ ਨਹੀਂ ਕੀਤੀ ਲੋਕ ਤਰਾਤਰ ਕਰ ਰਹੇ ਨੇ ਆਈ ਡੋ ਨਟ ਅੰਡਰਸਟੈਂਡ ਕਿਉਂਕਿ ਇਟ ਇਜ਼ ਅ ਫੈਕਟ ਕਿ 400 ਯੂਨਿਟ ਤੱਕ ਮਹੀਨੇ ਤੱਕ ਜਿਹੜਾ ਹੈ ਉਹ ਬਿਜਲੀ ਦਾ ਰੇਟ ਅੱਧਾ ਕੀਤਾ ਹੈਗਾ ਔਰ ਉਹਦੇ ਨਾਲ 82% ਲੋਕਾਂ ਨੂੰ ਫਾਇਦਾ ਹੋਇਆ ਜੀ ਇਟ ਇਜ਼ ਅ ਫੈਕਟ ਜੇ ਤੁਸੀਂ ਕਹੋ ਕਿ ਮੈਨ ਨਹੀਂ ਮੰਨਦਾ ਮੈਨ ਨਹੀਂ ਮੰਨਦਾ ਤਾਂ ਉਹ ਤਾਂ ਗੱਲ ਦੂਸਰੀ ਹੈ ਅਗਲੀ ਗੱਲ ਇਹਨਾਂ ਨੇ ਕੀਤੀ ਕਿ ਓਵਰ ਬ੍ਰਿਜ ਬਣਾਏ ਓਵਰ ਬ੍ਰਿਜ ਬਣਾਏ ਲੇਕਿਨ ਜਿਹੜੇ ਗਰੀਬਾਂ ਵਾਲੇ ਪਾਸੇ ਨੂੰ ਧਿਆਨ ਨਹੀਂ ਦਿੱਤਾ ਔਰ ਓਵਰ ਬ੍ਰਿਜ ਦੇ ਵਿੱਚ ਇਹ ਸਾਬਤ ਹੋਇਆ ਹੈ ਕਿ 250 ਕਰੋੜ ਜਿਹੜਾ ਰੱਖੀ ਗਈ ਕੀਮਤ ਉਹ 147 ਕਰੋੜ ਚ ਬਣਤਾ ਹੈ ਜੇ ਦੀ 450 ਕਰੋੜ ਕੀਮਤ ਰੱਖੀ ਗਈ ਉਹ 350 ਕਰੋੜ ਜਿ ਮੰਨਦਾ ਉਸੇ ਨਾਲ ਹੀ ਅਸੀਂ ਸਾਰੇ ਦਿੱਲੀ ਦੇ ਵਿੱਚ ਦਵਾਈਆਂ ਫਰੀ ਕਰ ਦਿੱਤੀ ਨਾਓ ਜੇ ਉਹ ਓਵਰਬ੍ਰਿਜ ਬਣਾਏ ਉਹ ਬੜੇ ਓਵਰ ਰੇਟ ਨਾਲ ਬਣਾਏ ਔਰ ਉਹ ਇੱਕ ਖਾਸ ਵਰਗ ਵਾਸਤੇ ਜਿਹੜਾ ਹੈ ਫਾਇਦਾ ਹੋਇਆ ਲੇਕਿਨ ਮੈਜੋਰਟੀ ਜਿਹੜੀ ਦਿੱਲੀ ਦੇ ਵਿੱਚ ਐਡੀ ਵੱਡੀ ਗਰੀਬ ਜਨਤਾ ਹੈ ਉਹਨਾਂ ਨੂੰ ਇੰਨਾ ਤੱਕ ਪਹੁੰਚ ਨਹੀਂ ਹੋਈ ਦੈਟਸ ਵਾਈ ਇਹਨਾਂ ਦੀ ਜ਼ੀਰੋ ਸੀਟ ਆਈ ਹੈ ਤੁਸੀਂ ਤੁਸੀਂ ਕਿਹਨੇ ਅਸੀਂ 15 ਸਾਲ ਰਾਜ ਕੀਤਾ ਜੇ ਤੁਹਾਡੇ ਰਾਜ ਇੰਨਾ ਚੰਗਾ ਸੀ ਤੇ ਤੁਸੀਂ ਚਲੋ ਜੀ ਤੁਹਾਡੀ ਸੀਟਾਂ 170 ਦੀ بجائے ਤੁਹਾਡੀਆਂ 60 65 50 40 30 20 10 5 ਇੱਕ ਵੀ ਸੀਟ ਨਹੀਂ ਆਈ ਤਾਂ ਇਸ ਤੋਂ ਇਸ ਤੋਂ ਵੱਡਾ ਸਬੂਤ ਕੀ ਹੈ ਕਿ ਲੋਕੀ ਤੁਹਾਡੇ ਤੋਂ ਬਹੁਤ ਨਾਖੁਸ਼ ਸੀ ਤੇ ਤੁਹਾਡੇ ਤੋਂ ਬਹੁਤ ਨਰਾਜ਼ ਸੀ ਓਕੇ ਓਕੇ ਰਾਣਾ ਜੀ ਜੇ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਨਾ ਕਹਿੰਦੇ ਕਿ ਸਾਡੀ ਪਰਫਾਰਮੈਂਸ ਨਾਲ ਲੋਕ ਸਾਨੂੰ ਲੈ ਕੇ ਆਏ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇਹ ਇਸ ਕਰਕੇ ਲੈ ਗਏ ਲੋਕਾਂ ਨੇ ਸਾਨੂੰ ਵੋਟ ਨਹੀਂ ਪਾਈ ਸਾਨੂੰ ਦਿੱਲੀ ਦੇ ਲੋਕਾਂ ਨੇ ਰਿਜੈਕਟ ਕੀਤਾ ਇਹਨਾਂ ਨੂੰ ਪ੍ਰੇਫਰ ਕੀਤਾ ਇਹ ਤਾਂ ਜਗ ਜाहिर ਹੈ ਲੇਕਿਨ ਉਹਦੇ ਜਿਹੜੇ ਕਾਰਨ ਸੀ ਉਹ ਮੁxtਲਫ ਤੇ ਉਹ ਕੁਝ ਹੋਰ ਕਾਰਨ ਤੇ ਇਹ ਉਹ ਚੀਜ਼ਾਂ ਲੋਕਾਂ ਕੋਲ ਲੈ ਕੇ ਗਈਆਂ ਗਏ ਜਿਹੜੀਆਂ ਇਹਨਾਂ ਨੇ ਕਦੇ ਸੋਚੀਆਂ ਨਹੀਂ ਸੀ ਇਹ ਆਪਣੇ ਆਪ ਵੀ ਉਹਨਾਂ ਬਾਰੇ ਓਨੈਸਟ ਨਹੀਂ ਸੀ ਮੈਂ ਇੱਕ ਸਵਾਲ ਪੁੱਛਦਾ ਇਹਨਾਂ ਨੂੰ ਇਹਨਾਂ ਨੇ ਆਈਡੀਅਲਿਜ਼ਮ ਦਾ ਜ਼ਿਕਰ ਕੀਤਾ ਸੀ ਪੋਲਿਟਿਕਸ ਦੇ ਵਿੱਚ ਔਰ ਆਈਡੀਅਲਿਜ਼ਮ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਹਰ ਆਦਮੀ ਚਾਹੁੰਦਾ ਹੈ ਕਿ ਰਾਜਨੀਤੀ 'ਚ ਆਈਡੀਅਲਿਜ਼ਮ ਹੋਣਾ ਚਾਹੀਦਾ ਹੈ ਇਹਨਾਂ ਦਾ ਆਈਡੀਅਲਿਜ਼ਮ ਕਿੱਥੇ ਗਿਆ ਜਿਸ ਦਿਨ ਇਹਨਾਂ ਨੇ 400 ਗੁਣਾ ਜਿਹੜੀ ਹੈ ਤਨਖਾਹ ਦਿੱਲੀ ਦੇ ਵਿੱਚ ਆਪਣੇ ਲੋਕਾਂ ਦੀ ਬਤਾਤੀ ਕਿੱਥੇ ਗਿਆ ਇਹਨਾਂ ਦਾ ਆਈਡੀਅਲਿਜ਼ਮ ਜਿਹੜੀਆਂ ਉਹ ਸੁੱਖ ਸੁਹੂਲਤਾਂ ਜਿਹੜੀਆਂ ਬਾਕੀ ਸੂਬਿਆਂ 'ਚ ਲੋਕਾਂ ਇਹਨਾਂ ਦੇ ਐਮਐਲਏਜ਼ ਇਹਨਾਂ ਦੇ ਵਜ਼ੀਰ ਸਹਬਾਨ ਇਹਨਾਂ ਦੇ ਲੋਕਾਂ ਨੇ ਲੈ ਲਈਆਂ ਕਿੱਥੇ ਗਿਆ ਇਹਨਾਂ ਦਾ ਆਈਡੀਅਲਿਜ਼ਮ ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਅਸੀਂ ਵਾਪਸ ਆਉਨੇ ਆ ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਕਲਰ ਸਿਟੀ ਕਮੋ ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀ ਖਾਸ ਤੌਰ ਤੇ ਰਾਣਾ ਜੀ ਦਾ ਕਹਿਣਾ ਹੈ ਕਿ ਵੀ ਜਿਹੜੇ ਕੇਜਰੀਵਾਲ ਹੈਗੇ ਆ ਉਹ ਇਸ ਗੱਲ ਦੇ ਵਿੱਚ ਮਾਹਰ ਨੇ ਕਿ ਲੋਕਾਂ ਨੂੰ ਸੁਪਨੇ ਬਹੁਤ ਉਹਨਾਂ ਨੇ ਦਿਖਾਏ ਪਰ ਪ੍ਰੈਕਟੀਕਲ ਤੌਰ ਤੇ ਉਹ ਸਾਬਤ ਨਹੀਂ ਕਰ ਸਕੇ ਉਹਨਾਂ ਸੁਪਨਿਆਂ ਨੂੰ ਜੋ ਲੋਕਾਂ ਚੋਂ ਲੈ ਕੇ ਗਏ ਨੇ ਇਹਨਾਂ ਨੇ ਕੇਪੀ ਸਾਹਿਬ ਨੇ ਮਾਫ ਕਰਨਾ ਇਹਨਾਂ ਨੇ ਦੋ ਤਿੰਨ ਗੱਲਾਂ ਕੀਤੀਆਂ ਨੇ ਜੀ ਜੀ ਪਿੱਛੇ ਜੀ ਪਹਿਲੇ ਤੇ ਕਹਿੰਦੇ ਵੀ ਐਮ ਐਲ ਏ ਦੀਆਂ ਤਨਖਾਹਾਂ ਬਹੁਤ ਵਧਾਤੀਆਂ ਉਹ ਕਿਹਾ ਹੈਗਾ ਕਿ ਇੰਨੀ ਤਨਖਾਹ ਹੋਣੀ ਹਾਂ ਜੀ ਇਹਨਾਂ ਦਾ ਕਹਣਾ ਸੀ ਕਿ ਅਸੀਂ ਕਹਿੰਨੇ ਕਿ ਲੋਕਾਂ ਚ ਸੀ ਆਮ ਆਦਮੀ ਦੀ ਤਰ੍ਹਾਂ ਰੱਖਾਂ ਜੀ ਆਮ ਆਦਮੀ ਦੀ ਤਰ੍ਹਾਂ ਇੰਨੀ ਤਨਖਾਹ ਜਿਹੜੀ ਹੈ ਉਹ ਹੋਈ ਹੈ 2 ਲੱਖ 2.5 ਲੱਖ ਜਿਹੜੀ ਹੈ ਕਹਿਿਆ ਕਰਨ ਵਾਸਤੇ ਮੈਂ ਤੁਹਾਨੂੰ ਇੱਕ ਗੱਲ ਮਾੜੀ ਜੀ ਦੱਸਦਾ ਕਿ ਸਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ 2012 ਦੇ ਵਿੱਚ ਜਦੋਂ ਆਏ ਉਹਦੇ ਸਵਾ ਸਾਲ ਦੇ ਅੰਦਰ ਇਹਨਾਂ ਦਾ ਜਿਹੜਾ ਪੈਟਰੋਲ ਬਿੱਲ ਸੀ ਉਹ 14 ਕਰੋੜ ਹੈ ਦੋਨਾਂ ਪਿਓ ਪੁੱਤਰਾਂ ਦਾ ਸਵਾ ਸਾਲ ਦੇ ਵਿੱਚ ਤੇ ਇਹ ਇੱਕ ਐਮਐਲਏ ਜਿਹੜਾ ਹੈਗਾ ਜੇ ਤੁਸੀਂ 2.5 ਲੱਖ ਰੁਪਏ ਉਹਨੂੰ ਤਨਖਾਹ ਦਿੰਦੇ ਹੋ ਤੇ ਸਾਲ ਦਾ ਕਿੰਨਾ ਬਣਦਾ ਹੈ ਤਨਖਾਹ ਕੋਈ 25-26 ਲੱਖ ਬਣਦਾ ਹੈਗਾ ਉਹ 14 ਕਰੋੜ ਸਿਰਫ ਉਹਨਾਂ ਦਾ ਪੈਟਰੋਲ ਹੈ ਬਾਕੀ ਖਰਚੇ ਛੱਡ ਦਿਓ ਜੇ ਹੁਣ ਐਮਐਲਏ ਨੇ ਕੰਮ ਕਰਨਾ ਹੈ ਜਾਣਾ ਹੈ ਲੋਕਾਂ ਨੂੰ ਦੇ ਕੋਲ ਆਣਾ ਹੈ ਉਹਨੇ ਦੇ ਕਿਸੇ ਕੰਮ ਕਰਨਾ ਹੈ ਜਿਆਦਾ ਉਹਨੂੰ ਤੁਸੀਂ ਤਨਖਾਹ ਦਿਓ ਨਹੀਂ ਤਾਂ ਉਹ ਚੋਰੀ ਕਰੇਗਾ ਮੈਂ ਚੇਅਰਮੈਨ ਬਣਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਮੇਰੀ ਤਨਖਾਹ ਪਤਾ ਕਿੰਨੀ ਸੀ ਜੀ 2750 ਰੁਪਏ ਮਹੀਨਾ ਮੈਂ ਕੈਪਟਨ ਅਮਰਿੰਦਰ ਹੋਣ ਨੂੰ ਕਿਹਾ ਕਿ ਦੱਸੋ ਤੁਸੀਂ 2750 ਜਿਹੜਾ ਮੈਂ ਬੈਲ ਮਾਰਦਾ ਬਾਹਰ ਜਿਹਨਾਂ ਤੇ ਬੜੈਸੀ ਖੜਾ ਦੋ ਖੜੇ ਨੇ ਉਹਨਾਂ ਦੀ 10-10 ਹਜ਼ਾਰ ਤਨਖਾਹ ਹੈ ਮੇਰੀ ਐਜ਼ ਅ ਚੇਅਰਮੈਨ ਤੁਸੀਂ ਮੈਨੂੰ 2750 ਰੁਪਏ ਦਿੰਨੇ ਹੋ ਉਹ ਕਿੰਨੇ ਉਹਨਾਂ ਨੇ ਫਾਈਨੈਂਸ ਮਿਨਿਸਟਰੀ ਜੀ ਲਾਲ ਸਿੰਘ ਉਹਨਾਂ ਨੂੰ ਕਿਹਾ ਵੀ ਇਹ ਸੱਚ ਹੈ ਉਹ ਉਹ ਕਹਿੰਦੇ ਹਾਂ ਜੀ ਇਹ ਤਾਂ ਅਸੀਂ ਮੈਂ ਕਿ ਤੁਸੀਂ ਮਜਬੂਰ ਕਰਦੇ ਹੋ ਜਾਂ ਤੁਸੀਂ ਇਹ ਐਕਸਪੈਕਟ ਕਰਦੇ ਹੋ ਕਿ ਜਿਹਨੂੰ ਤੁਸੀਂ ਚੇਅਰਮੈਨ ਬਣਾਉਣੇ ਹੋ ਜਾਂ ਮੰਤਰੀ ਬਣਾਉਣੇ ਹੋ ਜਾਂ ਐਮਐਲਏ ਹੈ ਉਹ ਚੋਰੀ ਕਰੇ ओके ओके ਕਨਸਲਿੰਗ ਨੂੰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਠੀਕ ਹੈ ਨਾ ਪਰ ਅਗਲਾ ਪੁਆਇੰਟ ਜਿਹੜਾ ਸੀ ਜਿਹਨਾਂ ਦਾ ਤੁਸੀਂ ਸੁਖਵੀਰ ਬਾਦਲ ਜਾਂ ਪ੍ਰਕਾਸ਼ ਬਾਦਲ ਉਹਨਾਂ ਦੀ ਗੱਲ ਕੀਤੀ ਹੈ ਤੁਸੀਂ ਆਪ ਪੰਜਾਬ ਦੇ ਚ ਉਹਨਾਂ ਨੂੰ ਕ੍ਰਿਟੀਸਾਈਜ਼ ਹੀ ਕਰਦੇ ਹੋ ਆਪਣਾ ਆਈਡਿਅਲਿਜ਼ਮ ਜਿਹੜਾ ਹੈਗਾ ਉਸ ਪਾਸੇ ਵੱਲ ਨੂੰ ਆ ਕਿ ਜਾਂ ਆਪਾਂ ਵੱਖਰੇ ਤੋਂ ਨਹੀਂ ਨਹੀਂ ਥੈਟ ਇਜ਼ ਵਾਟ ਆਮ ਸੇਇੰਗ ਕਿ ਜੇ ਤੁਸੀਂ ਉਹਨੂੰ ਇੱਕ ਬੰਦੇ ਨੂੰ ਤਨਖਾਹ ਦਿਓ ਜਿੰਨੀ ਮਿਨੀਮਮ ਉਹਦਾ ਖਰਚੇ ਵਗੈਰਾ ਨਹੀਂ ਤਾਂ ਉਹ ਪਾਰਦਰਸ਼ੀ ਤਰੀਕੇ ਨਾਲ ਦਿਓ بجائے ਕਿ ਤੁਸੀਂ ਖੱਬੇ ਸੱਜੇ ਕੰਨ ਫੜ ਕੇ ਔਰ ਉਹਨੂੰ ਮਜਬੂਰ ਕਰੋਗੇ ਉਹ ਚੋਰੀ ਕਰੇ ਥੈਟ ਇਜ਼ ਪੁਆਇੰਟ 1 ਸੈਕੰਡ ਪੁਆਇੰਟ ਇਜ਼ ਇਹਨਾਂ ਨੇ ਕਿਹਾ ਕਿ ਇੱਕ ਕੋਲ ਫੇਕ ਡਿਗਰੀ ਫੜੀ ਗਈ ਫੇਕ ਡਿਗਰੀ ਫੜੀ ਗਈ ਉਹਨੂੰ ਬਾਹਰ ਕੱਢਤਾ ਦੂਜੇ ਨੇ ਗੜਬੜ ਕੀਤੀ ਉਹਨੂੰ ਬਾਹਰ ਕੱਢਤਾ ਇਹਨਾਂ ਨੇ ਦੱਸੋ ਕੀ ਕੀਤਾ ਜੇ 2 ਜੀ ਘਟਾਲੇ ਹੋਏ ਜਾਂ ਕੋਲਾ ਘਟਾਲਾ ਹੋਇਆ ਜਾਂ ਦੁਨੀਆ ਪਰਦੇ ਘਟਾਲਿਆਂ ਦੀ ਇਹ ਸਰਕਾਰ ਉਹ ਉਹਨਾਂ ਨੇ ਕੀ ਜਵਾਬ ਦਿੱਤਾ ਕਿ ਐਕਸ਼ਨ ਲਿਆ ਆਪਣੇ ਟਾਈਮ ਦੇ ਦੌਰਾਨ ਅਸੀ ਤਾਂ ਜਿਹੜਾ ਜੇ ਕਿਸੇ ਨੂੰ ਪਤਾ ਲੱਗਿਆ ਹੈ ਜ ਮਾੜੀ ਜਿਹੀ ਗੱਲ ਇੱਕ ਕੇਜਰੀਵਾਲ ਸਾਹਿਬ ਨੂੰ ਕਿਸੇ ਨੇ ਆ ਕੇ ਰਿਪੋਰਟ ਕੀਤੀ ਕਿ ਆਹ ਦੇਖੋ ਜੀ ਆਡੀਓ ਇਹ ਤੁਹਾਡਾ ਬੰਦਾ 5 ਲੱਖ ਰੁਪਏ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਉਹਨੂੰ ਉਹਨਾਂ ਨੇ ਉਸੇ ਵੇਲੇ ਦੂਜੇ ਦਿਨ ਮੰਤਰੀ ਤੋਂ ਲਾਤ ਦੇ ਐਕਸ਼ਨ ਵਾਸ ਟੇਕਨ ਓਕੇ ਓਕੇ ਮੈਂ ਜੀ ਜਿੰਦਰਵੀਰ ਜੀ ਮਾਉਨਾ ਤੁਹਾਡੇ ਵੱਲੋਂ ਸ਼ਾਹ ਰਾਣਾ ਕਹਿੰਦੇ ਇਸ ਮੁੱਦੇ ਤੇ ਕਹਿਣਾ ਚਾਹੁੰਦੇ ਦੇਖੋ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਆਮ ਆਦਮੀ ਪਾਰਟੀ ਇਹ ਲੋਕਾਂ ਕੋਲ ਗੱਲ ਲੈ ਕੇ ਗਈ ਕਿ ਬੀਆਰ ਇਹ ਪੋਲਿਟੀਕਲ ਪਾਰਟੀ ਬੀ ਡਿਫਰੈਂਸ ਅੱਜ ਇਹ ਆਪਣੀ ਪਾਰਟੀ ਦੇ ਨੇਤਾਵਾਂ ਦੀ ਤੁਲਨਾ ਕਰਦੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਮਾਫ ਕਰਨਾ ਉਹਨਾਂ 'ਚ ਅੱਜ ਕੋਈ ਨਹੀਂ ਹਾਲੇ ਕਾਂਗਰਸ ਦੇ ਮੈਂ ਮੇਰੀ ਮੇਰੀ ਲੈਟ ਮੀ ਕੰਪਲੀਟ ਉਹਨਾਂ 'ਚ ਅੱਜ ਇੱਥੇ ਕੋਈ ਹੈ ਨਹੀਂ ਇਹ ਤਾਂ ਉਹਨਾਂ ਨਾਲ ਕੰਪਲੀਟ ਕਰ ਰਹੇ ਨੇ ਜਿਨ੍ਹਾਂ ਤੇ ਦੁਨੀਆ ਭਰ ਦੇ ਭ੍ਰਸ਼ਟਾਚਾਰ ਦੇ ਤੇ ਮੈਂ ਕਹਿੰਦਾ ਵੀ ਬ੍ਰਸ਼ਟਮ ਲੋਕਾਂ ਦੀ ਜਿੰਨੇ ਦੀ ਗਿਣਤੀ ਹੈ ਉਹਨਾਂ ਨਾਲ ਤੁਸੀਂ ਆਪਦੀ ਗਣਤੀ ਕਿਵੇਂ ਕਰ ਸਕਦੇ ਹੋ ਨਹੀਂ ਨਹੀਂ ਜੇ ਤੁਸੀਂ ਉਹਨਾਂ ਨਾਲ ਗਣਤੀ ਕਰਦੇ ਹੋ ਤੁਸੀਂ ਉਸੇ ਫਿਟਿੰਗ ਤੋਂ ਫੂਟਿੰਗ ਤੇ ਖੜ ਕੇ ਗੱਲ ਕਰਦੇ ਹੋ ਤੁਹਾਨੂੰ ਕੀ ਹੱਕ ਹੈ ਇਹ ਗੱਲ ਕਲੇਮ ਕਰਨ ਦਾ ਕਿ ਤੁਹਾਡੀ ਜਿਹੜੀ ਰਾਜਨੀਤੀ ਹੈ ਉਹਦੇ ਚ ਤੇ ਬਾਕੀ ਲੋਕਾਂ ਦੀ ਰਾਜਨੀਤੀ ਚ ਅੰਤਰ ਹੈ ਜੀ ਤੁਸੀਂ ਉਹਨਾਂ ਨਾਲ ਕੰਪੇਅਰ ਕਰਕੇ ਹੀ ਮੈਂ ਸਮਝਦਾ ਹੈ ਕਿ ਉਹ ਗੱਲ ਸੱਚ ਕਰ ਦਿੱਤੀ ਜੋ ਲੋਕੀ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਕੁਝ ਹੋ ਤੇ ਕਰਦੇ ਕੁਝ ਹੋ ਮੈਂ ਇੱਕ ਅੰਕੜੇ ਇੱਕ ਸਿਰਫ ਬੰਦੇ ਦੇ ਬਾਰੇ ਦੱਤੇ ਨੇ ਮੇਰੀ 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 ਇੱਕ ਗੱਲ ਤੁਸੀਂ ਵਿੱਚ ਨਾ ਠੀਕ ਹੈ ਸਰ ਦੂਜੀ ਗੱਲ ਇਹਨਾਂ ਨੇ ਕਹੀ ਹੈ ਕਿ ਤੁਸੀਂ ਕੀ ਕੀਤਾ ਤੁਹਾਡੇ ਬੰਦੇ ਜਿਹੜੇ ਸੀ ਕੁਝ ਲੋਕ ਭ੍ਰਸ਼ਟਾਚਾਰ ਚ ਪકડੇ ਗਏ ਬਿਲਕੁਲ ਪਕੜੇ ਗਏ ਜੇ ਸਾਡੇ ਲੋਕ ਪਕੜੇ ਗਏ ਅਸੀਂ ਉਹਨਾਂ ਨੂੰ ਚੱਕ ਚੱਕ ਕੇ ਜੇਲ੍ਹਾਂ ਚ ਪਾਇਆ ਉਹਨਾਂ ਤੇ ਮੁਕਦਮੇ ਚਲਾਏ ਔਰ ਕਈ ਕਈ ਸਾਲ ਉਹਨਾਂ ਲੋਕਾਂ ਦੀ ਜ਼ਮਾਨਤਾਂ ਨਹੀਂ ਹੋਣ ਦਿੱਤੀ ਆ ਭਈ ਅਗਰ ਮਸਲਾ ਕੀ ਅੱਜ ਮਸਲਾ ਇਸ ਗੱਲ ਦਾ ਹੈ ਕਿ ਤੁਸੀਂ ਇੱਕ ਨਵੀਂ ਗੱਲ ਲੈ ਕੇ ਚੱਲੇ ਸੀ ਅਸੀਂ ਕਹਿਣਾ ਚਾਹੁੰਦੇ ਆ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੀ ਗੱਲ ਤੁਸੀਂ ਨਵੀਂ ਲੈ ਕੇ ਕਹਿੰਦੇ ਸੀ ਚੱਲੇ ਜਿਹੜੇ ਬਾਕੀ ਲੋਕ ਸੀ ਜਿਹੜੇ ਮੇਨ ਸਟਰੀਮ ਦੇ ਤੁਹਾਡੇ ਬੰਦੇ ਉਹਨਾਂ ਨਾਲੋਂ ਵੀ ਬੱਤਰ ਨੇ ਉਹਨਾਂ ਨਾਲੋਂ ਵੀ ਮਾੜੇ ਸਾਬਤ ਹੋਏ ਲੋਕਾਂ ਦੇ ਵਿੱਚ ਜੋ ਗੱਲ ਕਹੀ ਸੀ ਉਹ ਤੋਂ ਬਿਲਕੁਲ ਉਲਟਾ ਸਾਬਤ ਉਹ ਰਾਣੀ ਤੁਹਾਡਾ ਤੁਹਾਡਾ ਥਿਊ ਪੁਆਇੰਟ ਆ ਗਿਆ ਇੱਕ ਦੱਸਣ ਇੱਕ ਦੱਸਣ ਵੀ ਇਹਨਾਂ ਨੇ ਕਹਿ ਜੀ ਅਸੀਂ ਫੜ ਕੇ ਜਿੱਲੇ ਮੈਂ ਤੁਹਾਨੂੰ ਇੰਨੇ ਸਰ ਕੇਸ ਦੱਸੇ ਨੇ ਇੱਕ ਕੇਸ ਦੱਸਣ ਜਿਹਦੇ ਉੱਤੇ ਕਾਂਗਰਸ ਸਰਕਾਰ ਨੇ ਐਕਸ਼ਨ ਲਿਆ ਹੋਵੇ ਮੈਂ ਕਹਿੰਦਾ ਇੱਕ ਤਾਂ ਦੱਸੋ ਜਿਹਦੇ ਉੱਤੇ ਕਾਂਗਰਸ ਨੇ ਐਕਸ਼ਨ ਲਿਆ ਹੋਵੇ ਇੱਕ ਮਿੰਟ ਇੱਕ ਮਿੰਟ ਕੇ ਵੀ ਸਾਹਿਬ ਭਈ ਇੱਕ ਕੇਸ ਦੱਸ ਦੇਣ ਜਿਹਦੇ ਉੱਤੇ ਕਾਂਗਰਸ ਨੇ ਅਪਡੇਟ ਟਾਈਮ ਦੇ ਵਿੱਚ ਕੋਈ ਐਕਸ਼ਨ ਲਿਆ ਹੋਵੇ ਇਹਨਾਂ ਦੇ ਤਾਂ ਕੈਪਟਨ ਅਮਰਿੰਦਰ ਮਾਨਯੋਗ ਜਿਹੜੇ ਉਹਨਾਂ ਦੇ ਉੱਤੇ ਵੀ ਪਿਛਲੇ ਦੇ ਜਿਹੜੇ ਹੈ ਉਹ ਏਡੇ ਸਾਰੇ ਕੇਸ ਲੱਗੇ ਹੋਏ ਨੇ ਬਿਲਕੁਲ 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 ਬਹੁਤ ਮੁੱਦੇ ਦੀ ਗੱਲ ਛੇੜੀ ਹੈ ਇੱਕ ਮਿੰਟ ਠਹਿਰੋ ਠਹਿਰੋ ਠਹਿਰ ਠਹਿਰੋ ਉਹਨਾਂ ਦੇ ਉੱਤੇ ਜਿਹੜੇ ਹੈ ਦੋ ਬੜੇ ਸੀਰੀਅਸ ਕੇਸ ਹੈ ਉਹਨਾਂ ਦੇ ਉੱਤੇ ਲੱਗੇ ਹੋਏ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਸਵਿਟਜ਼ਰਲੈਂਡ ਦੇ ਵਿੱਚ ਜਿਹੜੇ ਹੈ ਬਾਹਰ ਉਹ ਉਹਨਾਂ ਨੇ ਕਨਫਰਮ ਕਰ ਦਿੱਤਾ ਜੀ ਕਿ ਇਹਨਾਂ ਦੇ ਜਵਾਨੀ ਗੱਲ ਨਹੀਂ ਹੈ ਥੈਟ ਆਰਗੇਨਾਈਜੇਸ਼ਨ ਹੈਜ਼ 기ਵਨ ਦੀ ਨੇਮ ਰਾਈਟ ਉਹ ਤੁਸੀਂ ਦੇਖੋ ਕਾਂਗਰਸ ਪ੍ਰਸ਼ਟਾਚਾਰੀ ਬਾਰੇ ਗੱਲ ਕਰੇ ਸ਼ੋਭਾ ਨਹੀਂ ਦਿੰਦੀ ਰਾਈਟ ਜਿਹੜੀ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਉਹ ਇੱਕ ਸਿੰਬੋਲਿਕ ਹੈ ਓਕੇ ਓਕੇ ਤੁਹਾਨੂੰ ਲੱਗਦਾ ਕਿ ਸਿੰਬੋਲਿਕ ਗੱਲ ਕੀਤੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਹੈ ਕਾਂਗਰਸ ਉਹ ਕੰਮ ਨਹੀਂ ਕਰਦੀ ਜੀ 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 ਰਾਈਟ ਇਹਨਾਂ ਨੇ ਖੁਦ ਤੁਸੀਂ ਚਲੋ ਪ੍ਰਤਾਪ ਬਾਜਵਾ ਦੇ ਉੱਤੇ ਲੁੱਕ ਵਾਲਾ ਕੇਸ ਸੀ ਕੀ ਕੀਤਾ ਤੁਸੀਂ ਉਹ ਉਸ ਵੇਲੇ اور ਕੈਪਟਨ ਨਵਿੰਦਰ ਨੇ ਲਿਖ ਕੇ ਦਿੱਤਾ ਅਤੇ ਕੈਪਟਨ ਨਵਿੰਦਰ ਨੇ ਲਿਖ ਕੇ ਦਿੱਤਾ ਕਿ ਪ੍ਰਤਾਪ ਬਾਜਵਾ ਦੇ ਇਸ ਬਗਲੇਰਣ ਦੇ ਨਾਲ ਮਿਲੇ ਹੋਏ ਨੇ ਤੁਸੀਂ ਕੀ ਕੀਤਾ ਅਸੀਂ ਤਾਂ ਕੇਜਰੀਵਾਲ ਬਾੜਾ ਬੁੱਟਾ ਕੁਛ ਨਹੀਂ ਦੀਜ਼ ਆ ਵਾਈਲ ਡੈਲੀਗੇਸ਼ਨ ਓਕੇ ਓਕੇ ਨਹੀਂ ਕੈਪਟਨ ਨਵਿੰਦਰ ਜੀ ਕਹਿਣਾ ਚਾਹੁੰਦਾ ਮੈਂ ਨਵਿੰਦਰ ਵੀ ਦੋਨੋਂ ਕੋਲ ਇਸ ਗੱਲ ਦਾ ਮਾਫ ਕਰਨਾ ਮੈਂ ਗਲਤ ਉਹਨਾਂ ਨੇ ਕਰਨੀ ਸੀ ਪਰ ਕਿਉਂਕਿ ਇਹਨਾਂ ਨੇ ਗੱਲ ਸ਼ੁਰੂ ਕੀਤੀ ਹੈ ਕੈਪਟਨ ਨਵਿੰਦਰ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਸੁਪੇਰਾ ਸੱਪ ਨੂੰ ਫੜਨ ਜਾਂਦਾ ਹੈ ਕੀ ਉਹਨੂੰ ਪਤਾ ਨਹੀਂ ਕਿ ਸੱਪ ਮੇਰੇ ਡੰਗ ਵੀ ਮਾਰੂਗਾ ਉਹਨੂੰ ਪਤਾ ਹੈ ਉਹ ਜਾਣਦਾ ਹੈ ਪੰਜਾਬ ਦੇ ਅੰਦਰ ਕ腐ਪਸ਼ਨ ਦਾ ਮੁੱਦਾ ਬਹੁਤ ਪੁਰਾਣਾ ਸੀ ਪੰਜਾਬ ਦੇ ਅੰਦਰ ਅਗਰ ਕ腐ਪਸ਼ਨ ਤੋਂ ਸਭ ਤੋਂ ਪਹਿਲਾਂ ਲੜਾਈ ਸ਼ੁਰੂ ਕੀਤੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਇਹ ਕੈਪਟਨ ਅਮਰਿੰਦਰ ਸਿੰਘ ਸੀ ਬਤੌਰ ਮੁੱਖ ਮੰਤਰੀ ਜਿਨੇ ਪਬਲਿਕ ਸਰਵਿਸ ਕਮਿਸ਼ਨ ਦਾ ਸਕੈਂਡਲ ਜਿਹਨੇ ਨੰਗਿਆਂ ਕਰਕੇ ਨਾ ਕੇਵਲ ਮਕਦਮਾ ਦਰਜ ਕੀਤਾ ਬਲਕਿ ਉਸ ਬੰਦੇ ਨੂੰ ਸਰਦਾ ਵੀ ਜੀ ਇਹਨਾਂ ਦਾ ਲੈਟ ਮੀ ਲੈਟ ਮੀ ਕੰਪਲੀਟ ਲੈਟ ਮੀ ਕੰਪਲੀਟ ਲੈਟ ਮੀ ਮੈਂ ਉੱਥੇ ਆ ਰਿਹਾ ਮੈਂ ਉੱਥੇ ਆ ਰਿਹਾ ਜਿੱਥੋਂ ਤੱਕ ਸਵਾਲ ਸੀ ਕੈਪਟਨ ਅਮਰਿੰਦਰ ਸਿੰਘ ਦਾ ਕੈਪਟਨ ਅਮਰਿੰਦਰ ਸਿੰਘ ਸੀ ਜਿਨੇ ਹਿੰਦੁਸਤਾਨ ਦੇ ਬਹੁਤ ਵੱਡੇ ਤਾਕਤਵਰ ਘਰਾਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੋਵਾਂ ਪੇ ਪੁੱਤਰਾਂ ਤੇ ਮੁਕਦਮੇ ਬਣਾ ਕੇ ਉਹਨਾਂ ਨੂੰ ਜੇਲ੍ਹ ਚ ਪਾਇਆ ਜੀ ਜੀ ਇਹ ਕੈਪਟਨ ਨਵਿੰਦਰ ਸਿੰਘ ਦੀ ਹਿੰਮਤ ਸੀ ਕਿ ਉਹਨਾਂ ਨੇ ਉਹਨਾਂ ਦੇ ਕਈ ਵਜ਼ੀਰਾਂ ਤੇ ਮੁਕਦਮੇ ਬਣਾਏ ਔਰ ਇੱਕ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸੀ ਕਿ ਉਹਨਾਂ ਲੋਕਾਂ ਚੋਂ ਬਹੁਤਿਆਂ ਲੋਕਾਂ ਨੂੰ ਸਜ਼ਾਵਾ ਹੋਈਆਂ ਉਹਨਾਂ ਦੇ ਵਜ਼ੀਰਾਂ ਨੂੰ ਸਜ਼ਾਵਾ ਹੋ ਜਾ ਜੀ ਜੀ ਤੇ ਜੇ ਲੜਾਈ ਕੈਪਟਨ ਨਵਿੰਦਰ ਸਿੰਘ ਨੇ ਕ腐ਸ਼ਨ ਤੋਂ ਖਿਲਾਫ ਸ਼ੁਰੂ ਕੀਤੀ ਤਾਂ ਇਹ ਬਦਲੇ ਦੀ ਭਾਵਨਾ ਦੇ ਨਾਲ ਅਕਾਲੀ ਦਲ ਦੀ ਸਰਕਾਰ ਨੇ ਕੈਪਟਨ ਨਵਿੰਦਰ ਸਿੰਘ ਤੇ ਖਿਲਾਫ ਕੇਸ ਬਣਾਏ ਓਕੇ ਓਕੇ ਬਿਲਕੁਲ ਬੇਬੁਨਿਆਦ ਸੀ ਅਗਰ ਉਹਨਾਂ ਕੇ ਸਾਹ ਕੋਈ ਦਮ ਹੁੰਦਾ ਤੇ ਅੱਜ ਤੱਕ ਉਹ ਕਿਤੇ ਨਾ ਕਿਤੇ ਜੀ ਤੁਹਾਨੂੰ ਲੱਗਦਾ ਹੈ ਕਿ ਬਦਲੇ ਦੀ ਬਦਲੇ ਦੀ ਬਾਤ ਬਦਲੇ ਦੀ ਬਾਤ ਇਕਵਲ ਬਿਲਕੁਲ ਜਦੋਂ ਹੋ ਗਈ ਤੁਹਾਡੀ ਗੱਲ ਹੋ ਗਈ ਮੈਂ ਇਹਨੂੰ ਫਿਰ ਸਪਸ਼ਟ ਕਰਨਾ ਚਾਹੁੰਦਾ ਕਿ ਅਗਰ ਕ腐ਸ਼ਨ ਤੋਂ ਖਿਲਾਫ ਕਿਸੇ ਨੇ ਪੋਲਿਟੀਕਲ ਲਾਈਫ ਦੇ ਵਿੱਚ ਲੜਾਈ ਸ਼ੁਰੂ ਕੀਤੀ ਪੰਜਾਬ ਦੇ ਅੰਦਰ ਤੇ ਉਹ ਕੈਪਟਨ ਅਮਰਿੰਦਰ ਨੇ ਕਿਹਾ ਕੀ ਜੀ 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 ਉਹਨੇ ਕੀਤੀ ਹੈ ਜੇ ਉਹਨੇ ਕੀਤੀ ਹੈ ਉਹਨਾਂ ਨੂੰ ਉਹਦੀ ਕੀਮਤ ਵੀ ਰਾਣਾ ਜੀ ਵੀ ਤੁਹਾਡੀ ਗੱਲ ਆ ਗਈ ਇਹਦੇ ਵੀ ਇਸ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਜਸਟ ਇਹ ਜਿਹੜੀ ਕਰਨਲ ਸਾਹਿਬ ਨੇ ਗੱਲ ਕੀਤੀ ਸੀ ਕਿ ਜਿਹੜੇ ਸਾਡੇ ਬੰਦੇ ਅਗਰ ਆਏ ਹੈ ਤਾਂ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਮੈਂ ਤਾਂ ਸਿਰਫ ਉਸੇ ਪੁਆਇੰਟ ਤੇ ਹੀ ਆਣਾ ਚਾਹੁੰਦਾ ਸੀਗਾ ਕਿ ਇਲੈਕਸ਼ਨ 'ਚ ਉਤਰਨ ਤੋਂ ਪਹਿਲਾਂ ਸੇਮ ਇਹੀ 12 ਬੰਦਿਆਂ ਦੀ ਲਿਸਟਾਂ ਪਾਰਟੀ ਦੇ ਇਨਰ ਲੋਕਪਾਲ ਨੂੰ ਵੀ ਦਿੱਤੀਆਂ ਗਈਆਂ ਸੀ ਵੀ ਆਹ 12 ਬੰਦੇ ਸਹੀ ਨਹੀਂ ਇਹਨਾਂ ਨੂੰ ਟਿਕਟਾਂ ਦੇਣਾ ਵੀ ਠੀਕ ਨਹੀਂ ਪਰ ਇਸ ਤੋਂ ਬਾਵਜੂਦ ਉਹ ਉਹਦੀ ਉਹ ਰਾਏ ਔਰ ਲੋ ਜਿਹੜੇ ਆਮ ਆਦਮੀ ਪਾਰਟੀ ਦਾ ਇਨਰ ਲੋਕਪਾਲ ਹੈ ਉਹਦੇ ਆਦੇਸ਼ਾਂ ਦਾ ਉਲੰਘਣਾ ਕਰਕੇ ਵੀ ਟਿਕਟਾਂ ਦਿੱਤੀਆਂ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਤੇ ਠੀਕ ਹੈ ਹੁਣ ਜਦੋਂ ਦਿੱਤੀਆਂ ਤਾਂ ਉਹ ਜੇ ਫਿਰ ਉਹ ਜੇ ਆਗੇ ਸਾਹਮਣੇ ਸਾਰੇ ਕੇਸ ਖੁੱਲ ਗਏ ਹਾਲੀਵੁੱਡ ਐਸੀ ਗਲਤੀ ਉਹ ਲੜਾਈ ਸੀ ਜੋ ਯੋਗਿੰਦਰ ਯਾਦਵ ਹੋਰ ਨਾਲ ਲੜਾਈ ਚੱਲੀ ਸੀਗੀ ਉਸ ਉਹਨਾਂ ਦਾ ਆਧਾਰ ਇਹੀ ਚੀਜ਼ਾਂ ਸੀਗੀਆਂ ਜੋ ਇਹ ਖੁਦ ਉਹਨਾਂ ਨੇ ਮਤਲਬ ਆਪਣੇ ਸਾਰੇ ਬੰਦਿਆਂ ਨੂੰ ਦੱਸਿਆ ਕਿ ਇਹ ਅਸੀਂ ਆਪ ਸਾਰੇ ਬੰਦੇ ਕਹਿ ਰਹੇ ਸੀਗੇ ਹੁਣ ਵੀ ਉਹੀ ਉੱਥੇ ਹੀ ਗੱਲ ਇਹ ਨਹੀਂ ਕਿ ਤੁਸੀਂ ਉਦੋਂ ਸਿਰਫ ਇਹ ਦਿਖ ਰਿਹਾ ਸੀ ਕਿ ਅਸੀਂ ਕਿਵੇਂ ਨਾ ਕਿਵੇਂ ਸੱਤਾ ਹਾਸਲ ਕਰਨੀ ਹੈ ਮੈਂ ਇਹ ਗੱਲ ਆਮ ਆਦਮੀ ਪਾਰਟੀ ਮੈਨੂੰ ਸ਼ੁਰੂਤ ਚੰਗੀ ਸਿਰਫ ਇਸ ਕਰਕੇ ਲੱਗਦੀ ਸੀ ਕਿ ਉਹ ਜੋ ਰਾਣਾ ਜੀ ਕਹਿ ਰਹੇ ਸੀ ਕਿ ਇੱਕ ਐਥਿਕਸ ਨੂੰ ਲੈ ਕੇ ਚੱਲੇ ਸੀ ਪਰ ਉਹ ਐਥਿਕਸ ਹੁਣ ਸਿਰਫ ਇਹ ਲੱਗ ਰਿਹਾ ਕਿ ਸਿਰਫ ਤਾਂ ਸਿਰਫ ਗੋਲ ਜੋ ਹੈ ਉਹ ਸੱਤਾ ਹੈ ਉਹ ਸੱਤਾ ਲਈ ਅਗਰ ਦਾਇਂ ਬਾਈ ਵੀ ਹੋਣਾ ਪਵੇ ਤਾਂ ਫਿਰ ਹੋ ਜੋ ਜਿਸ ਤਰ੍ਹਾਂ ਆਹ 12 ਬੰਦੇ ਨੂੰ ਟਿਕਟਾਂ ਦਿੱਤੀਆਂ ਨੇ ਹੌਲੀ ਹੌਲੀ ਕਰਕੇ ਪੰਜ ਤਾਂ ਜੇਲ੍ਹ ਚ ਚਲੇ ਗਏ ਮੇਰੇ ਖਿਆਲ ਪੰਜ ਉਹ ਇਹਨਾਂ ਨੂੰ ਜਿਆਦਾ ਪਤਾ ਹੈਗਾ ਪੰਜ ਸੋ ਮੈਂ ਇਹ ਕਹਿੰਨੇ ਕਿ ਉਹ ਐਥਿਕਸ ਤੋਂ ਨਾਲ ਅਸੀਂ ਜਿਹੜੋ ਹੋ ਕਰਨ ਲਾਈ ਜਾਂਦੇ ਨਾ ਹਾਂ ਜਦੋਂ ਸੱਤਾ ਆਂਦੀ ਥੋੜੀ ਜਿਹੀ ਦਿਖਦੀ ਹੈ ਤਾਂ ਕੰਪਰੋਮਾਈਜ਼ ਜਿਹੜੇ ਹੁੰਦੇ ਆ ਉਹ ਕਰਨ ਦੀ ਲੋੜ ਨਹੀਂ ਹੈ ਜੀ ਜੀ ਓਕੇ ਓਕੇ ਆਪਾਂ ਕਰਨ ਸਿੱਧੀ ਕੰਪੋ ਜਿਹੜੀ ਇੱਕ ਦੇ ਇਹਨਾਂ ਨੇ ਗੱਲ ਕੀਤੀ ਹੈ ਦੂਜਾ ਰਾਣਾ ਕੇਪੀ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਵੀ ਜਿਹੜਾ ਲੰਬਾ ਸਮਾਂ ਉੱਥੇ ਆਪਸੀ ਤੇ ਲਾਈਜ ਵਿੱਚ ਪ੍ਰਾਈਮ ਮਿਨਿਸਟਰ ਤੇ ਨਾ ਲੜਾਈ ਝਗੜਾ ਜਿਹੜਾ ਹੈਗਾ ਉਹ ਕਹਿੰਦੇ ਕਿ ਇਹ ਸਾਡੇ ਅਧਿਕਾਰ ਖੇਤਰ ਚ ਨਹੀਂ ਸਾਡੇ ਅਧਿਕਾਰ ਖੇਤਰ ਚ ਹੈ ਇਹਨਾਂ ਮੁੱਦਿਆਂ ਤੇ ਵੀ ਇਹਨਾਂ ਨੇ ਕਹਿਣਾ ਕਿ ਸਰਕਾਰ ਉਲਜੀ ਰਹੀ ਇੱਕ ਸਾਡ ਨੋ ਨੋ ਤੁਸੀਂ ਇੱਕ ਇੱਕ ਜਿਹੜੀ ਸਰਕਾਰ ਹੈ ਜਾਂ ਕੋਈ ਵੀ ਲੋਗ ਹੈ ਜਿਹੜਾ ਪੁਰਾਣਾ ਸਿਸਟਮ ਹੈ ਉਹ ਸਟੇਟਸ ਕੋ ਚਾਹੁੰਦਾ ਦਿੱਲੀ ਦੇ ਚ ਜਿਹੜਾ ਕੇਜਰੀਵਾਲ ਸਰਕਾਰ ਨੇ ਇੱਕ ਸਾਲ ਮੁਕੰਮਲ ਕੀਤਾ ਤੇ ਜਿਸ ਤਰ੍ਹਾਂ ਆਵਾਦੀ ਵੀ ਪਾਰਟੀ ਦੀਆਂ ਨਜ਼ਰਾਂ ਪੰਜਾਬ ਤੇ ਹੈ ਤੇ ਕਾਂਗਰਸ ਪਾਰਟੀ ਆਪਣੇ ਤੌਰ ਤੇ ਦਾਅਵੇ ਕਰ ਰਹੀ ਹੈ ਸ਼੍ਰਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਉਹ ਫੇਰੇ ਕੋਸ਼ਿਸ਼ ਕਰ ਰਿਹਾ ਕਿ ਅਸੀਂ ਤੀਜੀ ਵਾਰ ਜੜੀ ਗਿਆ ਭਾਰੀ ਖੇਡਾਂਗੇ ਇਹਨਾਂ ਸਾਰੇ ਮੁੱਦਿਆਂ ਤੇ ਆਪਣੇ ਮਹਿਮਾਨਾਂ ਦੇ ਨਾਲ ਦੋ ਪੜਾਵੀ ਚਰਚਾ ਕਰ ਰਹੇ ਆਂ ਪਹਿਲੇ ਪੜਾਵੀ ਚਰਚਾ ਵਿੱਚ ਸ਼ਾਮਲ ਹੋਣ ਦੇ ਲਈ ਮੈਂ ਰਾਣਾ ਜੀ ਕਰਨਲ ਸੀਧੀ ਕੰਬੋਜ ਇਹਦੇ ਵੀ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਆਂ ਇਹਨਾਂ ਮੁੱਦਿਆਂ ਤੇ ਅਸੀਂ ਦੂਜੇ ਪੜਾਵੀ ਚਰਚਾ ਵੀ ਜਾਰੀ ਰੱਖਾਂਗੇ ਇਸ ਲਈ ਦਰਸ਼ਕਾਂ ਨੂੰ ਵੀ ਇਸ ਗੱਲ ਦਾ ਸੁਝਾਅ ਹੈ ਕਿ ਤੁਸੀਂ ਦੂਜੇ ਪੜਾਵੀ ਚਰਚਾ ਦੇਖਣਾ ਵੀ ਨਾ ਭੁੱਲਿਓ thank yeah. you